ਮਾਸ਼ਾਅੱਲਾ ਬੜਾ ਅੱਛਾ ਸੈਟਅਪ ਲਾਇਆ ਤੁਸੀਂ, ਅਤੇ ਕਿੰਨਾ ਖਰਚਾ ਹੋਇਆ ਜੀ ਇਸ ਸੈਟਅਪ ਦੇ ਉੱਤੇ? ਤਕਰੀਬਨ 18.5 ਲੱਖ। 18.5 ਲੱਖ ਪਲੇਟਾਂ ਸਮੇਤ? ਪਲੇਟਾਂ ਸਮੇਤ। ਪਲੇਟਾਂ ਕਿੰਨੀਆਂ ਲਾਈਆਂ? 28। 28 ਪਲੇਟਾਂ ਲਾਈਆਂ, ਸਹੀ ਹੋ ਗਿਆ। ਅਤੇ ਇਹ ਆਪਣਾ ਸਿਸਟਮ ਲਹਿਦਾ ਦੱਸ ਸਕਦੇ ਜੀ ਕਿ ਲਹਿਦਾ ਸਿਸਟਮ ਕਿੰਨੇ ਦਾ ਲੱਗਾ ਅਤੇ ਇਹਦਾ ਕੋਈ ਫਾਇਦਾ? ਇਹਦਾ ਜੀ ਇੱਕ ਇਹਦਾ 1,94,000 ਦਾ। ਠੀਕ ਹੈ, ਸਹੀ ਹੋ ਗਿਆ। ਅਤੇ 90,000 ਦੀ ਚੱਕੀ। 90,000 ਦੀ ਚੱਕੀ, ਹਾਂਜੀ। ਚੱਕੀ ਕਿੰਨੇ ਨੰਬਰ? 50 ਦੀ। ਮੋਟਰ ਕਿੰਨੇ ਨੰਬਰ ਲਾਈ ਹੈ? ਮੋਟਰ ਲਾਈ ਹੈ ਜੀ 15 ਦੀ। 15 ਦੀ ਮੋਟਰ ਲਾਈ, ਮਾਸ਼ਾਅੱਲਾ। ਅਤੇ ਇਹ ਸੋਲਰ ਦਾ ਲੱਗਾ ਜੀ ਡੱਬਾ ਜੀ, ਦੇਖ ਸਕਦੇ ਜੀ? ਸਹੀ ਹੋ ਗਿਆ। ਅਤੇ ਇੱਧਰ ਅੱਛਾ, ਇਸ ਚੀਜ਼ ਦਾ ਕੋਈ ਮੈਨੀਫਿਟ ਫਾਇਦਾ ਤੁਹਾਨੂੰ ਕੀ ਮਿਲਿਆ ਆ? ਇਹਦਾ ਸਿਰਫ ਇੱਕੋ ਹੀ ਫਾਇਦਾ ਜੀ, ਜਿਹੜਾ ਆਟਾ ਨਹੀਂ ਉੱਡਦਾ। ਆਟਾ ਨਹੀਂ ਉੱਡਦਾ। ਅਤੇ ਆਮ ਚੱਕੀਆਂ ਦੇ, ਕਈ ਚੱਕੀਆਂ ਦੇ ਅਸੀਂ ਗਏ ਹਾਂ ਜੀ, ਉਹ ਮਨ ਦੇ ਮਗਰ 1 ਕਿਲੋ ਜਿਹੜਾ ਨਾ ਉਡਾ ਰਹੀ ਆ, ਯਾਨੀ ਕਿ ਗਰਮ ਕਰਕੇ ਸਾੜ ਦਿੰਦੀ ਆ। ਇਹ ਕਈ ਕਹਿ ਰਹੇ ਆ ਜੀ ਵੀਡੀਓ ਦੇ ਵਿੱਚ ਕਿ ਇਹ ਜਿਹੜੀ ਚੀਜ਼ ਲਾ ਲੈਂਦੇ ਆ ਇਹਦੇ ਨਾਲ ਤੁਸੀਂ ਜਿਹੜਾ ਨਾ ਆਟਾ ਨਹੀਂ ਸੜਦਾ। ਬਕਵਾਸ ਕਰਦੇ ਆ ਜੀ, ਸੜਦਾ ਵਾ, ਉੱਡਦਾ ਆਟਾ 1 ਕਿਲੋ ਮਾਰ ਪਿੱਛੇ, ਮਾਰ ਪਿੱਛੇ ਕਿਲੋ ਉੱਡਦਾ। ਮਾਸ਼ਾਅੱਲਾ, ਦੇਖਿਆ ਨਾ ਕਿ ਬਾਈ ਉਹਨਾਂ ਨੇ ਸਾਰੀ ਸਿੱਧੀ ਗੱਲ ਕੀਤੀ, ਇਹ ਚੱਕੀ ਆਪ ਖੁਦ ਚਲਾ ਰਿਹਾ, ਇਹਨਾਂ ਨੇ ਸੈਟਅਪ ਲਾਇਆ ਆਪਣਾ, ਕੋਈ ਇਹਦੇ 'ਚ ਨਹੀਂ ਹੈ, ਬੱਚੇ ਵੀ ਬੈਠੇ, ਅਸੀਂ ਖੁਦ ਗਏ ਹਾਂ ਇਹ ਵੀਡੀਓ ਬਣਾ ਰਹੇ ਹਾਂ ਜਾ ਕੇ, ਕਿ ਤਾਂ ਕਿ ਲੋਕਾਂ ਨੂੰ ਫਾਇਦਾ ਹੋਵੇ, ਆਪਣੇ ਪੈਸੇ ਜ਼ਾਇਆ ਨਾ ਕਰੋ ਲੋਕ। ਸਿਰਫ ਇਹ ਮਿੱਟੀ ਘੱਟਾ ਨਹੀਂ ਉੱਡਦਾ ਇਹਦੇ ਨਾਲ, ਯਾਨੀ ਕਿ ਜੋ ਅਸੀਂ ਕੱਪੜਾ ਲਾ ਲੈਂਦੇ ਹਾਂ ਅਤੇ ਇੱਕ ਕੱਪੜੇ ਨਾਲ ਉੱਡਦਾ, ਅਤੇ ਉਹ ਨਹੀਂ ਚੀਜ਼ ਉੱਡਦੀ। ਅੱਛਾ, ਇੱਕ ਜਗ੍ਹਾ 'ਤੇ ਅਸੀਂ ਹੋਰ ਗਏ ਹਾਂ, ਉੱਥੇ 16 ਪਲੇਟਾਂ ਲੱਗੀਆਂ ਅਤੇ ਇਹ ਚੱਕੀ ਚੱਲ ਰਹੀ ਆ, ਉਹ ਘੰਟੇ ਦਾ ਤਕਰੀਬਨ 3 ਮਨ ਆਟਾ ਬਣਾ ਰਹੀ ਆ। ਅਤੇ ਭਾਈ ਉਹਨਾਂ ਕੋਲੋਂ ਪੁੱਛਦੇ ਹਾਂ ਕਿ ਇਹ ਘੰਟੇ ਦਾ ਕਿੰਨਾ ਬਣਾ ਰਹੀ ਆ ਇਹ ਚੱਕੀ? 50 ਨੰਬਰ, ਉਹ 37-50 ਦੀ ਚੱਕੀ ਆ ਸੋਲਰ 'ਤੇ। ਇਹ ਜੀ ਸੋਲਰ ਦੇ 28 ਪਲੇਟਾਂ ਦੇ ਨਾਲ ਇਹ ਚੱਕੀ ਵੀ 3 ਮਨ ਬਣਾ ਰਹੀ ਆ। ਅਤੇ ਅਗਰ ਇਹ ਆਹ ਚੀਜ਼ ਨਾ ਹੁੰਦੀ, 28 ਪਲੇਟਾਂ ਹੁੰਦੀਆਂ, ਇਹ ਚੱਕੀ ਤੁਹਾਡੀ ਜਿਹੜੀ ਆ 6-7 ਮਨ ਦੀ ਐਵਰੇਜ ਇਸ ਚੱਕੀ ਨੇ ਕੱਢਣੀ ਸੀਗੀ। ਅਤੇ ਕਈ ਲੋਕ ਪੂਲੀਆਂ ਨਹੀਂ ਦਿਖਾਉਂਦੇ, ਤਾਂ ਪੂਲੀਆਂ ਵੀ ਤੁਹਾਨੂੰ ਦਿਖਾ ਰਹੇ। 15 ਦੀ ਮੋਟਰ ਆ ਅਤੇ ਪੂਲੀ ਦੇਖ ਸਕਦੇ ਜੀ ਤੁਸੀਂ, 14 ਨੰਬਰ ਦੀ ਪੂਲੀ ਲੱਗੀ ਆ ਇੱਥੇ। ਅਤੇ ਮਾਸ਼ਾਅੱਲਾ ਭਾਈ ਉਹਨਾਂ ਨੇ ਸਾਡੇ ਨਾਲ ਬੜਾ ਤਾਮਨ ਕੀਤਾ, ਬਹੁਤ ਅੱਛੇ ਤਰੀਕੇ ਨਾਲ ਸਾਨੂੰ ਮਿਲੇ ਆ ਅਤੇ ਬਹੁਤ ਅੱਛੇ ਤਰੀਕੇ ਨਾਲ ਗਾਈਡ ਕੀਤਾ ਆ। ਅਤੇ ਬਿਹਤਰ ਇਹ ਵੀ ਆ ਕਿ ਅਗਰ ਤਾਂ ਤੁਸੀਂ ਚਾਹੁੰਦੇ ਜੇ ਕਿ ਤੁਸੀਂ ਆਪਣਾ ਜਿਹੜਾ ਨਾ ਕਿ ਕਰੰਟ ਵੀ ਵੇਸਟ ਕਰੋ, ਅਤੇ ਉਹਦੇ ਨਾਲ ਉਹ ਤੁਹਾਨੂੰ ਬਿਹਤਰ ਆ। ਸਿਰਫ ਇੱਕ ਘੱਟੇ ਵਾਸਤੇ ਹੀ ਇਹ ਬਣਾਇਆ ਗਿਆ ਆ ਸਿਸਟਮ ਇਹਨਾਂ ਨੇ, ਅਤੇ ਉਹ ਇਸ ਤੋਂ ਇਲਾਵਾ ਇਹਦਾ ਕੋਈ ਫਾਇਦਾ ਨਹੀਂ ਹੈ। ਹਾਂਜੀ, ਕੋਈ ਬੈਨੀਫਿਟ ਨਹੀਂ। ਇਹ ਹੁਣ ਸਾਹਿਬ ਜੀ ਹੁਣੀ ਆਪ ਚਲਾ ਰਹੇ ਆ ਅਤੇ ਪਛਤਾ ਵੀ ਰਹੇ ਆ ਕਿ ਇਹ ਮੈਂ ਨਹੀਂ ਸੀ ਲੈਣਾ, ਇਹਦੀ ਵਜ੍ਹਾ ਨਾਲ ਇਹਨਾਂ ਨੂੰ ਜ਼ਿਆਦਾ ਪਲੇਟਾਂ ਲਾਉਣੀਆਂ ਪਈਆਂ। ਉਹੀ ਕੰਮ ਪਲੇਟਾਂ ਦੇ ਨਾਲ ਵੀ ਇਹਨਾਂ ਦਾ ਸੈਟਅਪ ਚੱਲ ਸਕਦਾ ਸੀ ਅਗਰ ਉਹ ਕੱਪੜਿਆਂ ਵਾਲਾ ਸਿਸਟਮ ਲਾਇਆ ਹੁੰਦਾ ਤੇ। ਅਤੇ ਬਾਕੀ ਤੁਸੀਂ ਖੁਦ ਦੇਖ ਸਕਦੇ ਜੇ, ਤੁਹਾਨੂੰ ਇਸ ਲਈ ਵੀਡੀਓ 'ਚ ਬਹੁਤ ਕੁਛ ਦੱਸਦੇ ਆ ਉਹ ਜਾ ਕੇ ਕਿ ਇਹ ਚੀਜ਼ ਲਾਓ ਜੀ 250 ਤੋਂ 200 ਗ੍ਰਾਮ ਤੱਕ ਆਟਾ ਸਾੜ ਰਹੀ ਆ, ਅਤੇ ਇਹ ਸਭ ਝੂਠ ਆ ਭਾਈ ਉਹਨਾਂ ਨੇ ਆਪਣੇ ਜ਼ਬਾਨੀ ਤੁਹਾਨੂੰ ਦੱਸ ਦਿੱਤਾ ਆ ਕਿ ਸਭ ਬਕਵਾਸ ਕਰਦੇ ਆ, ਸਿਰਫ ਆਪਣਾ ਉਹ ਚੂਰਨ ਵੇਚਣ ਵਾਸਤੇ, ਜਿਸ ਤਰ੍ਹਾਂ ਬੱਸਾਂ ਦੇ ਵਿੱਚ ਆ ਕੇ ਚੂਰਨ ਵੇਚਦੇ ਆ ਨਾ, ਉਹ ਚੂਰਨ ਵੇਚਣ ਵਾਸਤੇ ਸਿਰਫ ਇਹ ਚੀਜ਼ ਆ ਉਹ ਆਪਣੀਆਂ ਵੇਚਣ ਵਾਸਤੇ ਇੱਕ ਬਣਾ ਲੈਂਦੇ ਆ ਕਿ ਸਾਨੂੰ ਇਹ ਡਰਾਮੇਬਾਜ਼ੀ ਬੜ ਕਰਦੇ ਆ। ਗਰੀਬ ਬੰਦੇ ਜੇ ਤੁਸੀਂ ਆਪਣਾ ਸਿਰਫ ਆਮ ਚੱਕੀ ਦਾ ਸੈਟਅਪ ਲਾਓ ਅਤੇ ਕਿਲੋ ਇਹਨੇ ਵੀ ਸਾੜਨਾ, ਕਿਲੋ ਉਹ ਵੀ ਸਾੜ ਰਹੀ ਆ, ਅਤੇ ਬਾਕੀ ਸਭ ਬਕਵਾਸ ਆ ਭਾਈ ਉਹਨਾਂ ਨਾਲ ਮਿਲ ਕੇ ਬੜੀ ਖੁਸ਼ੀ ਹੋਈ। ਅਤੇ ਜਲਦ ਚਾਹੁੰਦੇ ਹਾਂ ਜੀ, ਬੜੀ ਮਿਹਰਬਾਨੀ ਤੁਹਾਡੀ, ਤੁਸੀਂ ਸਾਡੇ ਨਾਲ ਤਾਮਨ ਕੀਤਾ, ਸਾਨੂੰ ਦੱਸਿਆ।
ਉਹ